ਹਾਂ ਜੀ ਦੋਸਤੋ, ਕਿਆ ਹਾਲ ਹੈ? ਠੀਕ ਹੀ ਹੋ? ਬਾਲੇ ਹੋ? ਖੈਰ ਹੀ ਮੇਰੀ ਹੋ? ਉਮੀਦ ਕਰਸਾਂ ਕਿ ਜਿਤਨੇ ਵੀ ਦੋਸਤ ਹੈ ਠੀਕ ਠਾਕ ਹੋ ਸਨ ਜੀ। ਇਹ ਪਿੱਛੇ ਤੱਕ ਹੀ ਸਕਣੇ ਜਨਾਬ, ਅੱਜ ਚਿਪਸ ਬਣਨ ਲਈ ਸ਼ਾਮੀ ਰੋਟੀ ਖਾਧੀ ਹੈ ਦਿਨੇ ਨੇ, ਤਕਰੀਬਨ 4 ਵਜੇ। ਅਤੇ ਹੁਣ ਪ੍ਰੋਗਰਾਮ ਬਣਾਇਆ ਅਸਾਂ, ਹੈ ਚਲੋ ਚਿਪਸ ਬਣਾਈ ਗਈ ਨਹੀਂ ਹੈ। ਆਲੂ ਕਾਫੀ ਪਏ ਸਨ, ਬੰਗਾਲੀ ਲਗਾ ਪਿੱਛੇ, ਆਲੂ ਸਾਫ ਕਰਨਾ ਪਿਆ। ਮਾੜੀ ਡਿਊਟੀ ਹੈ ਕਿ ਮੈਂ ਚਿਪਸ ਬਣਾਉਣੀ, ਇਸਨੀ ਡਿਊਟੀ ਹੈ ਕਿ ਆਲੂ ਸਾਫ ਕਰੀ ਤੇ ਕੱਟੀ ਤੇ ਦੇਣੇ। ਠੀਕ ਹੈ ਜੀ, ਹੁਣ ਜੁੱਲੇ ਹਾਂ ਜੀ ਜਨਾਬ, ਸਾਫ ਕਰਨਾ ਪਿਆ ਪਿੱਛੇ, ਸੋ ਤੱਕੀ ਸਕਣੇ ਹੋ। ਬੰਗਾਲੀ ਇਹ ਉਰਦੂ ਕਾਠ ਸਮਝਣਾ, ਇਸੀ ਉਰਦੂ ਕੋ ਨਹੀਂ ਸ਼ਨੀਤ ਨਹੀਂ, ਇਹ ਆਪਣੀ ਬੰਗਲਾ ਵਿੱਚ ਲਗਾ ਰਹਿਣਾ। ਇਹ ਹੁਣ ਤਾਂ ਚਾਓ ਚਾਓ ਕਰਨਾ ਪਿਆ, ਅਟਾਲੀਅਨ ਵਿੱਚ ਆਉਣਾ, ਹੈਲੋ ਹਾਏ। ਅੱਛਾ, ਦੂਜੀ ਗੱਲ ਇਹ ਹੈ ਕਿ ਇਸ ਨਾ ਕੰਮ ਆਦਮੀ ਕੀ ਸਾਫ ਕਰੀ ਦੇਸੀ ਆਲੂ, ਤਾਂ ਮੈਂ ਤਿਆਰ ਕਰਨੀ ਚਿਪਸ। ਅਤੇ ਅੱਜ ਨਾ ਖਾਣਾ ਸਾਡਾ ਇਹ ਆ, ਅੱਜ ਅਸਾਂ ਰੋਟੀ ਨਾ ਬਣਾਉਣੇ, ਵੈਸੇ ਰੈਗੂਲਰ ਰੋਟੀ ਬਣਾਉਣੀ ਆ। ਅਤੇ ਅੱਜ ਪ੍ਰੋਗਰਾਮ ਇਹ ਅਸਾਂ ਹੈ ਕਿ ਰੋਟੀ ਖਾਧੀ ਲੇਟ, ਲਿਹਾਜ਼ਾ ਚਿਪਸਾਂ ਪਰ ਵੀ ਗੁਜ਼ਾਰਾ ਕਰੀਏ। ਠੀਕ ਹੈ ਜੀ, ਅਤੇ ਨਾਲ ਨਾਲ ਰਿਹੋ, ਤੱਕੋ ਚਿਪਸ ਬਣਨੀ ਹੈ ਵੀ ਨਾਲ। ਬੰਗਾਲੀ ਜਿਹੜਾ ਆ ਹੁਣ ਬੋਲਣਾ ਨਹੀਂ ਪਿਆ, ਬੋਲਣਾ ਇਸ ਵਾਸਤੇ ਨਹੀਂ ਕਿ ਉਸਕੀ ਜ਼ੁਬਾਨ ਨਹੀਂ ਆਉਣੀ ਜਿਹੜੀ ਮੈਂ ਜ਼ੁਬਾਨ ਬੋਲਣਾ ਪਿਆ। ਬੇਸਿਕਲੀ ਅਸਾਂ ਆਪਣੀ ਜ਼ੁਬਾਨ ਬੋਲਣੀ ਹੈ, ਅਤੇ ਉਹ ਆਪਣੀ ਜ਼ੁਬਾਨ ਵਿੱਚ ਗੱਲਾਂ ਕਰਨਾ। ਅਤੇ ਇਸ ਵਾਸਤੇ ਹੁਣ ਆਪਣੇ ਕੰਮੇ ਹੀ ਲਗਾ, ਬਿਲਕੁਲ ਮਸਰੂਫ ਹੋਇਆ ਵਾ। ਅਤੇ ਇਸ਼ਾਰਿਆਂ ਇਸ਼ੂਰਿਆਂ ਨਾਲ ਵੀ ਸਮਝਾਈ ਛੋੜਨੇ, ਵੈਸੇ ਥੋੜ੍ਹੀ ਬਹੁਤੀ ਉਰਦੂ ਬੋਲਣਾ, ਥੋੜ੍ਹੀ ਬਹੁਤੀ, ਬਹੁਤ ਜ਼ਿਆਦਾ ਕੋਈ ਨਹੀਂ। 100 ਵਿੱਚੋਂ 10% ਆਉਣੀ ਹੈ ਅਤੇ 90% ਹੋਣੀ ਆਉਣੀ ਇਸਕੀ। ਇਹ ਆਪਣੀ ਜਿਹੜੀ ਹੈ ਜ਼ੁਬਾਨ ਬੋਲਣਾ ਰਹਿਣਾ, ਲਗਾ ਰਹਿਣਾ, ਗੱਲਾਂ ਪਾਉਣਾ ਰਹਿਣਾ, ਕਰਨਾ ਰਹਿਣਾ। ਐ ਬੰਦੂ ਉਰਦੂ ਆਤਾ ਹੈ? ਸ਼ੁਆ ਸ਼ੁਆ ਆਉਣਾ ਜੀ, ਥੋੜ੍ਹੀ ਥੋੜ੍ਹੀ ਉਰਦੂ ਆਉਣੀ ਹੈ। ਅਤੇ ਇਸ ਵਾਸਤੇ ਇਸਨੇ ਨਾ ਜਿਹੜਾ ਨਾ ਗੱਪ ਸ਼ੱਪ ਵੀ ਲਾਉਣੇ, ਬੜਾ ਮਜ਼ਾ ਹੀ ਆ ਜਾਇਆ। 19 ਸਾਲ ਇਸਨੀ ਉਮਰ ਹੀ, ਇਹ ਵੀ ਸਾਡੇ ਨਾਲ ਹੀ ਆਇਆ ਅਤੇ ਸਫ਼ਰ ਕਰੀਦਾ। ਅਤੇ ਇਨਸ਼ਾਅੱਲਾ ਜਨਾਬ, ਸੌ ਕਿ ਗਾਹ ਬਗਾਹ ਸਾਂ ਜਿਹੜਾ ਨਾ ਜਿਹੜਾ ਕੋਈ ਕੰਮ ਕਰਨੇ ਨਾਲ ਨਾਲ ਸੀ ਦੱਸਿਆ ਕਰ ਸਾਂ ਸਭ ਤੱਕਣੇ ਯੂਟਿਊਬ ਚੈਨਲ ਉੱਪਰੋਂ ਚੋਆ ਖਾਲਸਾ ਵਲੋਗ। ਅਤੇ ਜਿਤਨੇ ਦੋਸਤ ਵੇ ਸਾਡੇ, ਚਾਹੇ ਪਰਦੇਸ ਹੀ 'ਚ, ਚਾਹੇ ਪਾਕਿਸਤਾਨ ਹੀ 'ਚ, ਜਿੱਥੇ ਵੀ ਕੁਦਰੇ ਥੇ ਵੇ, ਸਾਰਿਆਂ ਦੇ ਰਿਕੁਐਸਟ ਕਰਨੇ ਆ ਕਿ ਸਾਡੇ ਚੈਨਲ ਉੱਪਰ ਜਿਹੜਾ ਨਾ ਅੱਛਾ ਕਰੋ, ਯੂਟਿਊਬ ਚੈਨਲ ਉੱਪਰ, ਫੇਸਬੁੱਕ ਉੱਪਰ ਵੀ ਲਾਉਣੇ, ਉਸਕੀ ਫਾਲੋ ਕਰੋ। ਅਤੇ ਨਾਲ ਜਿਹੜਾ ਨਾ ਯੂਟਿਊਬ ਚੈਨਲ ਕੀ ਸਬਸਕ੍ਰਾਈਬ ਕਰੋ, ਤਾਂ ਕਿ ਜਿੰਨੀਆਂ ਵੀ ਸਾਡੀਆਂ ਵੀਡੀਓ ਹੈਣ ਤੁਸਾਂ ਤੱਕ ਪਹੁੰਚਣ। ਅਤੇ ਨਾਲ ਹੌਸਲਾ ਅਫਜ਼ਾਈ ਵੀ ਕਰਿਆ ਕਰੋ, ਦੱਸਿਆ ਵੀ ਕਰਿਆ ਕਰੋ, ਚੰਗੇ ਚੰਗੇ ਕਮੈਂਟਸ ਕਰਿਆ ਕਰੋ। ਵਿੱਚ ਵਿੱਚ ਬੰਦੇ ਐਸੇ ਐਸੇ ਕਮੈਂਟ ਕਰੀ ਉਹਨੇ, ਅਤੇ ਉਹਨਾਂ ਕੀ ਫਿਰ ਬੰਦਾ ਘੱਟ ਜਵਾਬ ਦੇ। ਅਤੇ ਇਹ ਆ ਕਿ ਉਮੀਦ ਕਰਸਾਂ ਕਿ ਤੁਸਾਂ ਅੱਛੇ ਅੱਛੇ ਕਮੈਂਟਸ ਕਰਸੋ। ਠੀਕ ਹੈ, ਬੋਰ ਨਹੀਂ ਹੋਣ ਲੱਗੇ। ਅਤੇ ਇੱਥੇ ਅਸਾਂ ਇਟਲੀ ਵਿੱਚ ਮੌਜੂਦ ਹਾਂ, ਅਤੇ ਤਕਰੀਬਨ 3 ਮਹੀਨੇ ਹੋਣੇ ਵਾਲੇ ਅਸਾਂ ਇਟਲੀ ਵਿੱਚ ਜੀ, ਕੈਂਪ ਵਿੱਚ ਹਾਂ। ਅਤੇ ਅਲਹਮਦੁਲਿਲਾ ਕੈਂਪ ਨਵੇਂ ਮਾਮਲਾਤ ਬੜੇ ਜ਼ਬਰਦਸਤ ਹੈ, ਖਾਣਾ ਪੀਣਾ ਹਰ ਚੀਜ਼ ਅਸਾਂ ਕੀ ਮਿਲਣਾ, ਅਤੇ ਕੋਈ ਪਰੇਸ਼ਾਨੀ ਕੋ ਨਹੀਂ ਹੈ। ਅਤੇ ਹੁਣ ਜੁੜਸਾਂ ਚੁੱਲ੍ਹਾ ਵਿਹਲਾ ਵੈ, ਕਿਉਂਕਿ ਅਫਰੀਕਨ ਲਗੇ ਵੇ, ਉਹ ਕਰਨੇ ਪਏ ਆਪਣੀ ਹਾਂਡੀ ਬਣਾਉਣੇ ਪਏ, ਜੋ ਕੁਝ ਉਹਨਾਂ ਕੀ ਮਿਲਣਾ ਉਹ ਕੋਈ ਬਣਾਉਣੇ ਪਏ ਆਪਣੇ ਇੱਕ ਤਰੀਕੇ ਨਾਲ। ਅਸਾਂ ਪਾਕਿਸਤਾਨੀ ਆਪਣੇ ਤਰੀਕੇ ਨਾਲ ਬਣਾਉਣੇ, ਅਤੇ ਬੰਗਾਲੀ ਤਾਂ ਪਾਕਿਸਤਾਨੀ ਅਸਾਂ ਮਿਕਸ ਖਾਣਾ ਮਤਲਬ ਹੈ ਬਣਾਈ ਤਾਂ ਖਾਣੇ ਆ ਆਪਣਾ, ਕਿਉਂਕਿ ਇਹਨਾਂ ਨਾਲ ਵੀ ਸਾਡਾ ਖਾਣਾ ਸੇਮ ਟੂ ਸੇਮ ਹੀ ਆ। ਅਤੇ ਇਹ ਆ ਕਿ ਇਹਨਾਂ ਕੀ ਇਸ ਚੀਜ਼ ਦੀ ਪ੍ਰੋਬਲਮ, ਜਿਹੜਾ ਖਾਣਾ ਅਸਾਂ ਖਾਣੇ ਆ ਉਹ ਹੀ ਖਾਈ ਕਿੰਨੇ।
ਅਤੇ ਅਲਹਮਦੁਲਿਲਾ ਸਾਡੇ ਨਾਲ ਠੀਕ ਤੁਰਨੇ ਪਏ, ਅਸਾਂ ਵੀ ਇਹਨਾਂ ਨਾਲ ਤੁਰਨੇ ਆ ਪਏ, ਠੀਕ ਹੈ, ਅਤੇ ਅੱਛੇ ਲੋਕ ਹਨ, ਇਤਫਾਕ ਹੈ ਸਾਡਾ ਇਹਨਾਂ ਨਾਲ, ਅਤੇ ਕੈਂਪ ਨੇ ਵੀ ਜਿਹੜਾ ਮਾਮਲਾਤ ਜਿਹੜੇ ਵੀ ਉਹ ਵੀ ਕੈਂਪ ਵਾਲੇ ਵੀ ਬੜੇ ਅੱਛੇ ਵੇ ਸਾਡੇ ਨਾਲ, ਅੱਛੇ ਤਰੀਕੇ ਨਾਲ ਸਾਡੇ ਨਾਲ ਕਰਨੇ, ਮਤਲਬ ਅਸਾਂ ਕਿ ਅੱਛੇ ਤਰੀਕੇ ਨਾਲ ਹਰ ਚੀਜ਼ ਮੁਹੱਈਆ ਕਰਨੇ, ਪਰੇਸ਼ਾਨੀ ਕੋਈ ਨਹੀਂ ਹੈ, ਅਤੇ ਮਸਰੀ ਵੀ ਰਹਿਣੇ ਸਾਡੇ ਨਾਲ, ਉਹ ਵੀ ਇਸੇ ਨਾਲ ਇਸੇ ਕੈਂਪੈ 'ਚ ਤਕਰੀਬਨ 14-15 ਬੰਦੇ ਹੈ ਜੀ। ਅਲਹਮਦੁਲਿਲਾ ਸਾਰਾ ਨਿਜ਼ਾਮ ਓਕੇ ਆ, ਜ਼ਬਰਦਸਤ ਤਰੀਕੇ ਨਾਲ। ਸਭ ਤੋਂ ਬੜੀ ਇਹ ਗੱਲ ਹੀ ਹੈ ਕਿ ਅਸਾਂ ਗੌਰਮੈਂਟ ਦੇ ਅੰਡਰ ਹਾਂ, ਅਸਾਂ ਕਿ ਹਰ ਚੀਜ਼ ਪ੍ਰੋਵਾਈਡ ਕਰਨੇ, ਅਸੀਂ ਪਰੇਸ਼ਾਨੀ ਕੋਈ ਨਹੀਂ ਹੈ। ਲੋਕ ਮਸ਼ਵਰੇ ਬਹੁਤ ਦੇਣੇ ਸਾਰੇ ਆਉਣੇ ਜੀ, ਕੈਂਪ ਛੋੜ ਦਿਓ, ਕੈਂਪ ਛੋੜ ਦਿਓ, ਕਾਫੀ ਬੰਦੇ ਵਿਚਾਰਨੇ ਜੀ, ਕੈਂਪ ਛੋੜ ਦਿਓ, ਕੈਂਪ ਨਹੀਂ ਛੋੜਨਾ ਚਾਹੀਦਾ। ਜਿੱਥੇ ਵੀ ਬੰਦੇ ਪਾਕਿਸਤਾਨੀ ਹੈ, ਚਾਹੇ ਬੰਗਾਲੀ ਹੈ, ਚਾਹੇ ਜਿਹੜੇ ਵੀ ਹੈ ਲੋਕ, ਜਿਹੜਾ ਨਾ ਕੈਂਪ ਬਿਲਕੁਲ ਨਾ ਛੋੜੋ, ਕੈਂਪ ਹੈ ਜਿਹੜੇ ਹਰ ਸਹੂਲਤ ਸੁੰਗ ਮਿਲ ਸੀ, ਪੈਸੇ ਵੀ ਦੇ ਸਨ ਸੌਂਗੀ, ਪਲੱਸ ਸੌਂਗੀ ਕੱਪੜਾ, ਚੀਲਾ ਜੁੱਤੀ, ਹਰ ਚੀਜ਼ ਦੇ ਸਨ, ਠੀਕ ਹੈ। ਅਤੇ ਜਿੰਨਾ ਕੈਂਪ ਛੋੜ ਦਿੱਤਾ ਉਹ ਵਿਚਾਰੇ ਰੁਲਣੇ ਪਏ, ਅਤੇ ਉੱਥੇ ਫਿਰ ਸਾਰੀਆਂ ਜ਼ਰੂਰਤਾਂ ਜਿਹੜੀਆਂ ਜਿੱਤੀਆਂ ਹੋਣੀਆਂ ਇਨਸਾਨ ਦੀਆਂ, ਖਾਣਾ ਪੀਣਾ ਕੱਪੜਾ ਚੀਲਾ ਰਹਿਸ਼ ਬੜਾ ਮਹਿੰਗਾ ਆ ਇੱਥੇ। ਜੇ ਚਿਰ ਤੱਕ ਤੁਸੀਂ ਕਿ ਆਪਣੇ ਕਾਗਜ਼ਾਤ ਨਹੀਂ ਮਿਲਣੇ, ਆਪ ਤੱਕ ਤੁਸੀਂ ਬਿਲਕੁਲ ਕੈਂਪ ਨਹੀਂ ਛੋੜਨਾ, ਠੀਕ ਹੈ ਜੀ। ਅਤੇ ਇਹ ਸਾਨੂੰ ਇੱਕ ਪੈਗਾਮ ਆ ਤੁਸਾਂ ਤੱਕ ਪਹੁੰਚਾਉਣੇ ਆ। ਅਤੇ ਨਾਲ ਜਨਾਬ ਹੁਣ ਥੋੜ੍ਹੀ ਦੇਰੀ ਤੋਂ ਬਾਅਦ ਅਸਾਂ ਚੱਲਣੇ ਹਾਂ ਜੀ ਚੁੱਲ੍ਹੇ ਪਰ, ਉੱਥੇ ਸੌਂਗੀ ਮਿਲ ਸਾਂ, ਦੱਸਾਂ ਸੌਂਗੀ ਚਿਪਸ ਬਣਾਉਣੇ ਆ ਸਾਂ, ਠੀਕ ਹੈ ਜੀ। ਅਤੇ ਥੋੜ੍ਹੀ ਦੇਰ ਇੰਤਜ਼ਾਰ ਕਰੋ। ਹਾਂਜੀ ਦੋਸਤੋ ਜੀ, ਇਹ ਤਾਂ ਕੋ ਜਨਾਬ ਹੁਣ ਸਟਾਰਟ ਕੀਤੀ ਹੈ ਚਿਪਸ ਬਣਾਉਣੀ, ਕੀ ਸਕਦੇ ਹਾਂ। ਅਤੇ ਬਾਕੀ ਵੀ ਜਿਹੜਾ ਨਾ ਕੱਟੀ 'ਤੇ ਰੱਖਿਆ ਵਾ ਮਾਲ, ਇਹ ਦੱਸਣੇ ਆ ਸਾਂ ਜੀ। ਤਕਰੀਬਨ 4-5 ਬੰਦੇ ਆ, 5 ਬੰਦਿਆਂ ਨਾਲ ਰਾਸ਼ਨ ਆ, ਅਤੇ ਹੁਣ ਸਟਾਰਟ ਕੀਤਾ ਬਣਾਉਣੇ ਆ ਪੇ। ਅਤੇ ਹੁਣ ਟਾਈਮ ਕਾਫੀ ਲਈ ਜਾ ਸੀ ਬਾਰੇ ਆ ਕੇ ਇੰਤਜ਼ਾਰ ਕਰਨੇ ਅਗਲੀ ਪੱਕਿਆ ਦੇ ਨਾਲ ਹੀ ਛੱਟੀਆ ਵਿੱਚ, ਅੱਜ ਰੋਟੀ ਨਾ ਜਿਹੜਾ ਨਾ ਖਾਤਾ ਫਿਨਿਸ਼, ਅੱਜ ਨਹੀਂ ਬਣਾਉਣੀ ਰੋਟੀ, ਅੱਜ ਖਾਲੀ ਜਿਹੜਾ ਨਾ ਕੈਸੀ ਆਉਣੇ ਚਿਪਸ ਹੈ ਬੜੀ ਗੁਜ਼ਾਰਾ ਕਰਨਾ, ਠੀਕ ਹੈ ਨਾ। ਇਹ ਬਾਹਰ ਨਾ ਮਾਹੌਲ ਤੁਸੀਂ ਦੱਸਣੇ ਆ ਜੀ, ਰਾਤ ਨਾ ਮੰਜ਼ਰ ਹੈ। ਉੱਦਾਂ ਸਾਡੀ ਚਿਪਸ ਵੀ ਬਣਨੀ ਵੀ ਆਸਤਾ ਆਸਤਾ, ਦੇਖੋ ਜੀ ਮਾਸ਼ਾ ਅੱਲਾ ਜੀ ਬਹੁਤ ਜ਼ਬਰਦਸਤ ਲੈਟਾਂ ਹੀ ਲੈਟਾਂ, ਬਿਲਕੁਲ ਮੇਨ ਸਿਟੀ ਵਿੱਚ ਰਹਿੰਦੇ ਹਾਂ ਅਸੀਂ। ਚਿਪਸ ਬਣੀ ਰਿਹਾ, ਤਿਆਰ ਹੋਈ ਰਿਹਾ, ਫਿਰ ਸੰਗੀ ਦੱਸਣੇ ਆ ਗਿਆ ਤਿਆਰ ਹੋਈ ਰਿਹਾ ਸੀ, ਠੀਕ ਹੈ। ਉਹਨੂੰ ਕਾਫੀ ਟਾਈਮ ਲਈ ਗਿਆ ਸੀ ਬਣਾਉਣਿਆ, ਤੱਕੀ ਕੀਤੀ ਹੋਈ ਸੀ ਤੁਸਾਂ ਚਿਪਸ, ਅਤੇ ਜਿਹੜਾ ਬਣੀ ਰਿਹਾ ਸੀ ਤੁਸੀਂ ਤਿਆਰ ਹੋਈ ਰਿਹਾ ਸੀ, ਫਿਰ ਸੰਗੀ ਦੱਸਣੇ ਆ ਆਖਰੀ ਜਿਹੜੀ ਆ। ਹਾਂਜੀ ਜਨਾਬ ਆ ਗਏ ਜੀ, ਹੁਣ ਤਿਆਰ ਹੋਈ ਗਈ ਹੈ ਚਿਪਸ, ਅਤੇ ਤੁਸੀਂ ਦੱਸਣੇ ਆ ਚਿਪਸ। ਅੱਗੇ ਸਟਾਰਟ ਕੀਤੀ ਸੀ, ਦੱਸਿਆ ਸਾ ਤੁਸੀਂ ਕਿ ਬਾਈ ਚਿਪਸ ਤਿਆਰ ਕਰਨੇ ਆ ਪੇ, ਤਾਂ ਹੁਣ ਅਲਹਮਦੁਲਿਲਾ ਤਿਆਰ ਹੋਈ ਗਈ। ਇਹ ਜਿਹੜੇ ਤੱਕੋ ਸਾਰੇ ਖਲਤੇ ਨਾ, ਦੋ ਬੰਗਲਾ ਪੈਂਥਰ ਦੀਆਂ ਛਾਟਾਂ, ਇਹ ਦੇਖੋ ਜੀ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ, ਇਹ ਦੱਸਣੇ ਜੀ ਤਿਆਰ ਹੋਈ ਗਈ ਆ ਚਿਪਸ। ਬੋਲਾਂ ਸਟਾਰਟ ਕਰੋ। ਹਾਂ ਖਾਓ ਖਾਓ, ਇਹ ਦੇਖੋ ਜੀ ਮੌਲਵੀ ਸਾਹਿਬ ਸ਼ੁਰੂ ਹੋਏ ਵੇ ਖਾਣੇ ਪਏ, ਸਟਾਰਟ ਕੀਤੀ ਆ ਹੁਣ ਪੈਪਸੀ ਵੀ ਟਿੱਕੀ ਹੈ ਨਾਲ,
ਠੀਕ ਹੈ ਜੀ। ਅਤੇ ਅਲਹਮਦੁਲਿਲਾ ਕਹਿੰਦਾ ਆ ਬੜੀ ਬਿਹਤਰੀਨ ਬਣਤੀ ਹੈ, ਜਿਹੜੇ ਸਟਾਰਟ ਕੀਤੇ ਖਾਣੇ ਪਏ ਅਸਾਂ ਵੀ ਸ਼ੁਰੂ ਕਰਨੇ ਆ ਮਾਸ਼ਾਅੱਲਾ ਜੀ, ਬਹੁਤ ਜ਼ਬਰਦਸਤ ਤਿਆਰ ਹੋਈ ਜੀ। ਉਮੀਦ ਕਰਸਾਂ ਜੀ ਤੁਸੀਂ ਸਾਡੀ ਵੀਡੀਓ ਪਸੰਦ ਆਈ ਹੋਸੀ। ਇਨਸ਼ਾਅੱਲਾ ਦੁਬਾਰਾ ਫਿਰ ਕਿਸੇ ਹੋਰ ਵੀਡੀਓ ਪਰ ਤੁਸੀਂ ਮਿਲਸਾਂ। ਹੁਣ ਅਸਾਂ ਸਾਰੇ ਜਣੇ ਖਾਣੇ ਪੀਤੇ ਨੇ, ਮੈਂ ਪਿੱਛੇ ਰਹੀ ਜਾਂ, ਲਿਹਾਜ਼ਾ ਹੁਣ ਮੈਂ ਸ਼ੁਰੂ ਕਰ ਲਵਾਂ ਇਹਨਾਂ ਨਾਲ। ਇਹਨਾਂ ਸਪੀਡ ਬੜੀ ਲੱਭੜੀ ਹੈ, ਅਤੇ ਇਨਸ਼ਾਅੱਲਾ ਦੁਬਾਰਾ ਤੁਸੀਂ ਕਿਸੇ ਹੋਰ ਵੀਡੀਓ ਪਰ ਹਾਜ਼ਰ ਹੋਸਾਂ। ਉਸ ਵੇਲੇ ਜੀ ਦਿਓ ਜੀ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ ਜੀ।